ਮੌਲਾ ਨੇ ਬੜਾ ਦੇਣਾ ਹੀ ਨਹੀਂ ਤਾਂ ਫਿਰ ਤੈਨੂੰ ਮੌਲਾ ਨੇ ਲੈਣਾ ਹੀ ਅਲ ਨੂੰ ਸਮਝਾ ਲੈ ਰੋਸ਼ਨਾ ਏ ਮੌਲਾ ਜੱਟ ਤੇ ਠੀਕ ਹੈ ਤੇ ਆ ਆ ਆ ਕੀ ਕਰਦਾ ਓ ਕੀ ਕਹਿ ਰਿਹਾ ਹੈ ਓ ਮੌਲਾ ਜੱਟ ਤੇ ਠੀਕ ਹੈ ਤੇ ਇੰਜਨ ਕੀ ਕਰਦਾ ਓ ਫਿਲਮ ਮੌਲਾ ਜੱਟ ਵੇਖੀ ਏ ਨਹੀਂ ਜਾ ਰਿਵਰਸ ਕਰਕੇ ਵੇਖ ਤੇਰੀ ਮਾਂ ਦਾ ਖਸਮ ਇੰਜ ਕਰਦਾ ਹੈ ਕਿ ਨਹੀਂ ਓ ਤੇਰਾ ਪਿੰਡਾ ਕੋਈ ਪਹਾੜ ਨਹੀਂ ਮੇਰੇ ਹੱਥ ਦੇ ਵਿੱਚ ਆ ਗਿਆ ਤਾਂ ਫੀਤੀ ਫੀਤੀ ਹੋ ਜਾਣਾ ਹੈ ਨੂੰ ਸਮਝਾ ਲੈ ਰੋਸ਼ਨਾ ਇਹ ਕੀ ਕਰਦਾ ਸਾਲਿਆ ਓ ਜੱਟ ਨੂੰ ਵੇਸ਼ੀ ਨਾ ਕਰੀਏ ਨਹੀਂ ਤੇ ਲਾਸ਼ਾਂ ਦੇ ਢੇਰ ਲੱਗ ਜਾਣਗੇ ਜਿੱਥੋਂ ਤੱਕ ਮੇਰੀ ਮਾਂ ਦਾ ਹੁਕਮ ਸੀ ਡਿਪਟੀ ਉੱਥੇ ਤੱਕ ਮੈਂ ਤੇਰੇ ਨਾਲ ਆ ਗਿਆ ਇੱਥੇ ਮੇਰੇ ਮਾਂ ਦੀ ਹੁਕਮ ਦੀ ਤਾਮੀਰ ਮੁੱਕ ਗਈ ਹੈ ਨੂੰ ਸਮਝਾ ਲੈ ਰੋਸ਼ਨਾ ਕੀ ਸਮਝਾ ਲਾ ਕੀ ਸਮਝਾ ਲਾ ਸਾਲਿਆ ਉਹਦਾ ਨਾਮ ਉਹਨੇ ਮਨੀਰ ਆ ਤੂੰ ਇਹਨੂੰ ਸਮਝਾ ਲਾ ਓ ਜੱਟ ਵੇਸ਼ੀ ਹੋ ਗਿਆ ਤੇਰੇ ਸਾਰੇ ਜਾਲੇ ਲਾ ਕੇ ਮੌਲੇ ਜੱਟ ਨੂੰ ਨਾ ਮਾਰ ਜੱਟ ਤੇ ਅੱਗੇ ਹਾਲਾਤਾਂ ਦਾ ਮਰਿਆ ਈ ਕੀ ਆਇਆ 20,000 ਦਾ ਬਿਜਲੀ ਦਾ ਬਿੱਲ ਆ ਗਿਆ ਈ ਫਿਰ ਕੋਈ ਮਦਦ ਕਰ ਦਿਓ ਜੱਟ ਨੂੰ ਜਿੰਨਾ ਸਟੋਰੀ ਹੈ ਨਾ ਡਰ ਸਟੋਰੀ ਹੈਗੀ ਹੈ ਅੱਛਾ ਅੱਛਾ ਓ ਨਾ ਡਰ ਸਟੋਰੀ ਹੈ ਸਟੋਰੀ ਸਟੋਰੀ ਓ ਬਜ਼ੁਰਗਾ ਹਾਂਜੀ ਹਾਂਜੀ ਓ ਮੇਰੀਆਂ ਫਿਲਮਾਂ ਡੈਡ ਫਲਾਪ ਜਾ ਰਹੀਆਂ ਨੇ ਮੈਂ ਚਾਹ ਰਿਹਾ ਕਿ ਮੈਨੂੰ ਕੋਈ ਇਹੋ ਜਿਹਾ ਤਵੀ ਇਹੋ ਜਿਹਾ ਬਾਬਾ ਆਪਣੇ ਬੂਹੇ ਤੇ ਰੋ ਰਿਹਾ ਹੈ ਕੀ ਹੋਇਆ ਦਰਵਾਜ਼ਾ ਨਹੀਂ ਖੋਲਦਾ ਇਤਰਾ ਓਏ ਸਾਨੂੰ ਕੋਈ ਤਵੀ ਦੇ ਸਾਡੀਆਂ ਫਿਲਮਾਂ ਸੁਪਰ ਹਿੱਟ ਜਾਣ ਹੋ ਜਾਣਗੀਆਂ ਬੱਚਾ ਸੁਪਰ ਹਿੱਟ ਹੀ ਹੋਣਗੀਆਂ ਪਰ ਨਾ ਡਰ ਸਟੋਰੀ ਏ ਅਲੀ ਦਾ ਸਟੋਰੀ ਸਟੋਰੀ ਚ ਮੇਰੇ ਖਤਲੇ ਨਾ ਕਰ ਦੇਣਾ ਸਟੋਰੀ ਆ ਤੇ ਉਹ ਪਿਆ ਓ ਬਕ ਬਕ ਨਾ ਕਰ ਸਾਨੂੰ ਤਵੀ ਦੇ ਤਵੀਜ਼ ਦੇ ਦਿੰਦੇ ਆ ਬੱਚਾ ਇੱਥੇ ਕਿਹੜਾ ਬਜ਼ੁਰਗ ਹੈ ਓਏ ਇੰਜੀ ਬੋਲਦਾ ਸੀ ਬਹਿ ਜਾ ਕੋਈ ਚੰਗਾ ਜਿਹਾ ਤਵੀਜ਼ ਦੇ ਬੱਚਾ ਤਵੀਜ਼ ਦੇ ਦਿੰਦੇ ਤੈਨੂੰ ਉਹ ਥੱਲੋਂ ਤੇ ਕੁਛ ਪਾ ਓਏ ਉਹ ਸਾਲੇ ਓਏ ਔਂਤਰੀ ਦੇ ਆ ਬੱਚੇ ਉਹਦੇ ਦੌਰ ਦੇ ਵਿੱਚ ਕਦੋਂ ਕੱਛੇ ਹੁੰਦੇ ਸੀ ਤੁਸੀਂ ਫਿਲਮ ਤੇ ਕੱਢ ਕੇ ਵੇਖੋ ਤੇ ਸਾਡਾ ਆਦਮੀ ਸੀ ਜੱਟ ਨੂੰ ਜਿੰਨਾ ਵੇਸ਼ੀ ਇਹਦੇ ਨਾਲ ਓਏ ਇਹਦੇ ਨਾਲ ਕੀ ਕਰਨਾ ਈ ਇਹਦੇ ਨਾਲ ਮੈਂ ਬੇਕਰੀ ਚੋਂ ਰਸ ਕੱਢ ਕੇ ਦਿੰਨਾ ਵਾਂ ਇਹਦੇ ਨਾਲ ਮੈਂ ਨੱਤਾਂ ਦੀ ਨਸਲ ਵੱਡੀ ਏ ਆ ਜੱਟ ਵੇਸ਼ੀ ਇਹ ਕੌਣ ਆ ਰਿਹਾ ਇੱਧਰ ਭਾਜੀ ਇੱਥੇ ਕੋਈ ਨਹੀਂ ਆਉਂਦਾ ਤੇ ਮੌਲੇ ਜੱਟ ਦਾ ਵੀ ਤਰਾ ਕਢਾਤਾ ਤੁਸੀਂ ਤੇ ਦੇ ਸਾਨੂੰ ਤਵੀਦ ਬਜ਼ੁਰਗਾ ਆ ਮੈਨੂੰ ਰਸੀ ਦੇ ਦੇ ਮੈਂ ਬੰਨ ਉਹ ਮੇਰਾ ਪੁੱਤ ਆ ਕੌਣ ਆ ਗੈਰ ਮੋੜ ਦਾ ਸੁਣ ਪਾਈ ਫਿਰਦਾ ਓਏ ਕੌਣ ਆ ਭਾਈ ਤੂੰ ਆ ਵੀਰ ਐ ਲੈ ਇਹਨੇ ਵੀ ਫਿਲਮ ਨਹੀਂ ਵੇਖੀ ਆ ਮੌਲਾ ਜੱਟ ਆ ਵੈਸ਼ੀ ਜੱਟ ਵੀ ਮੈਂ ਹੀ ਸਾਂ ਓਏ ਤੇ ਹੁਣ ਕੌਣ ਆ ਤੂੰ ਤੇਰੀ ਭੈਣ ਦਾ ਖਸਮ ਮੈਂ ਦੱਸਣ ਤੇ ਗਿਆ ਮੌਲਾ ਜੱਟ ਤੈਨੂੰ ਸਮਝ ਨਹੀਂ ਆ ਰਹੀ ਆ ਕੱਲ ਇਹ ਜ਼ਲੀਲ ਹੋ ਗਿਆ ਉਹ ਕਿਵੇਂ ਇੱਕ ਡਾਸੇ ਨਾਲ ਬੰਦਾ ਵੱਢਣ ਲੱਗਾ ਉੱਤੇ ਨੰਗੀ ਤਾਰ ਸੀ ਉੱਤੇ ਹੀ ਫੜਿਆ ਗਿਆ ਆ ਜੀ ਓਏ ਆ ਚੀਤਾ ਲੱਗਾ ਚੀਤਾ ਆ ਜੱਟ ਵੈਸ਼ੀ ਹੋ ਗਿਆ ਤੇਰੀਆਂ ਨਸਲਾਂ ਆਉਣ ਵਾਲੀਆਂ ਵੀ ਦੱਸ ਦੇਣਗੀਆਂ ਬਦਮਾਸ਼ ਪੱਕਾ ਮੌਲਾ ਨੂੰ ਮੌਲਾ ਨਾ ਮਾਰੇ ਤੇ ਮੌਲ ਪਹਿਲੋਂ ਭੈਣ ਪੇਸ਼ ਕਰ ਲੈਂਦੇ ਮੈਨੂੰ ਔਂਤਰੀ ਦੇ ਆ ਬਾਂਦਰਾ ਜਾਂ ਬਾਅਦ ਚ ਗੱਲ ਕਰੀ ਅੱਛਾ ਇਦਾਂ ਦੇ ਬਦਮਾਸ਼ ਚੌਂਕ ਦੇ ਵਿੱਚ ਕੋਈ ਬੰਦਾ ਵੀ ਚੌਲ ਖਾਣ ਦਿਆ ਹੋਵੇ ਤਾਂ ਉਹਨੂੰ ਜਾ ਕਹਿੰਦਾ ਆ ਇਹ ਚੌਲਾਂ ਦੀ ਬੁਰਕੀ ਲਵਾ ਸਾਲਿਆ ਸਾਰੇ ਜਾਣਦੇ ਆ ਫਿਲਮ ਨਹੀਂ ਤੂੰ ਵੇਖੀ ਉਹਨੂੰ ਤਾਂ ਯੋਗਤਾ ਕਰਦਾ ਹੀ ਕੋਈ ਨਹੀਂ ਸੀ ਆਪਣੀ ਬੁੱਢੀ ਨਾਲ ਬਾਜ਼ਾਰ ਜਾ ਰਿਹਾ ਉਹਨੂੰ ਕਹਿੰਦਾ ਮੇਰੇ ਨਾਲ ਬੰਦੇ ਵਾਂਗੂ ਤੁਰਿਆ ਕਰ ਉਹਨੇ ਕਮੀਜ਼ ਲਾ ਕੇ ਮੋਢੇ ਤੇ ਰੱਖ ਲਈ ਮੌਲਾ ਜੱਟਾ ਬੜਾ ਵੱਡਾ ਬਦਮਾਸ਼ ਤੇ ਆਪ ਜੁਗਤ ਕਰ ਮੈਂ ਉਹਨੂੰ ਕੁਛ ਕਿਹਾ ਗਡਾਸੇ ਨਾ ਭਾਜੀ ਬੰਦੇ ਮਾਰ ਦਿਓ ਕਦੋਂ ਓਏ ਬੰਦੇ ਹੀ ਮਾਰਨਾ ਇਹਦੇ ਨਾਲ ਓਏ ਪਹਿਲੀ ਵਾਰੀ ਚਿੜੀਆ ਘਰ ਗਿਆ ਸ਼ੇਰ ਨੇ ਕੀਤਾ ਕਹਿੰਦਾ ਇਹਨੇ ਪੀਤੀ ਔਂਤਰੀ ਦਾ ਬੋਲਦਾ ਹੀ ਇੰਜ ਗਡਾਸੇ ਨਾ ਬੰਦੇ ਤਾਂ ਨਹੀਂ ਮਾਰਦਾ ਹੋਰ ਕੀ ਕਰਦਾ ਦੂਸਰੀ ਮੰਜ਼ਲ ਤੋਂ ਰੋਟੀ ਮੰਗਦਾ ਅੱਲਾ ਦੇ ਨਾਂ ਤੇ ਉਹ ਅੱਲਾ ਦੇ ਨਾਂ ਤੇ ਅੱਛਾ ਮੈਂ ਅੱਲਾ ਦੇ ਨਾਂ ਤੇ ਮੰਗਣਾ ਇਹ ਵੀ ਸਾਲਾ ਬੜਾ ਵੱਡਾ ਗੁਲੂਕਾਰ ਹੈ ਮੀਆਂ ਵਾਲੇ ਗਾਉਣ ਚਲਾ ਗਿਆ ਕੋ ਹੋਰ ਗਾਣੇ ਗਾ ਰਿਹਾ ਅੱਛਾ ਉਹਨਾਂ ਨੇ ਕਿਹਾ ਤਾਉਲਾ ਦਾ ਗਾਣਾ ਸੁਣਾ ਅੱਛਾ ਇਹ ਸ਼ੁਰੂ ਹੋਇਆ ਬਾਲੋ ਬੱਤੀਆਂ ਤੇ ਮਾਹੀ ਸਾਕੂ ਮਾਰੋ ਸੰਗਲਾਂ ਨਾਲ ਉਹਨਾਂ ਨੇ ਵੱਡੀਆਂ ਬੱਤੀਆਂ ਬਾਲ ਲਈਆਂ ਨੇ ਸੰਗਲਾਂ ਨਾਲ ਇਹਨੂੰ ਬੰਨ ਲਿਆ
ਇਹ ਬੜਾ ਕਵੇ ਮੈਨੂੰ ਘਰ ਜਾਣ ਦਿਓ ਕਹਿੰਦਾ ਨਹੀਂ ਤੇਰੀ ਖੁਆਇਸ਼ ਪੂਰੀ ਕਰਨੀ ਚੱਟ ਨੂੰ ਜਿੰਨਾ ਆਪ ਸਾਲਾ ਸਹਿਰੀ ਟਾਈਮ ਰੋਦਿਆਂ ਵੀ ਜਗਾਉਂਦਾ ਸੀ ਗਿਟਾਰ ਫੜ ਕੇ ਆ ਪੌਣੇ ਦੋ ਹੋ ਗਏ ਉਹ ਜਾ ਕੇ ਦਹੀਂ ਤੂੰ ਲਿਆ ਉਹ ਮੂਲੀਆਂ ਵਾਲੇ ਪਰੌਂਠੇ ਨਾ ਖਾਵੀ ਹੁਣ ਨਹੀਂ ਤੇ ਠਾ 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 ਹੋਕਾ ਵੀ ਮੇਰੇ ਇਹਨੇ ਵਾਕਈ ਫਿਲਮ ਨੀ ਵੇਖੀ ਉਹਦਾ ਹੀ ਤੇ ਉਹਦਾ ਵਿਆਹ ਹੀ ਨਹੀਂ ਸੀ ਹੋਇਆ ਜਵਾਈ ਭੈਣ ਦਾ ਕਿੱਥੋਂ ਆ ਗਿਆ ਇਹਦੀ ਵਾਲਦਾ ਦਾ ਵੀ ਰਾਤ ਨੂੰ ਵੀ ਚੈਨਲ ਤੇ ਗਾਣਾ ਚੱਲਦਾ 12:22 ਤੇ ਕਿਹੜਾ ਕਾਲੇ ਬੁੱਲ ਕਾਲੀ ਧੁੰਨੀ ਚਿੱਟੀ ਗਿਟਾਰ ਫੇਰ ਲੱਭਣ ਡਿਆ ਫੇਰ ਲੱਭਣ ਡਿਆ ਇਹਨੇ ਅੱਜ ਲੱਭ ਲੈਣਾ ਵਾ ਜਵਾਈ ਲੱਭ ਲੈਣਾ ਵਾ ਓ ਜਵਾਈ ਨਹੀਂ ਲੱਭ ਰਿਹਾ ਮੈਂ ਮੌਲਾ ਜੱਟ ਆ ਤੂੰ ਮੈਨੂੰ ਰੋਜ਼ਿਆਂ ਚ ਘੁੱਗੂ ਵਜਿਆ ਕਹਿੰਦਾ ਮਲੰਗੀ ਫੇਰ ਦੌੜ ਗਿਆ ਰੋਜ਼ਾ ਖੁੱਲਣ ਦਾ ਸੀ ਸਾਰਾ ਇਹਦਾ ਗਰਮੀਆਂ ਦੇ ਵਿੱਚ ਅੱਪਾ ਫਾਤ ਹੋ ਗਿਆ ਤੇ ਲਾਸ਼ ਰਾਤ ਰੱਖਣੀ ਪੈ ਗਈ ਉਹਨਾਂ ਨੇ ਆਲੇ ਦੁਆਲੇ ਬਰਫ਼ ਲਾ ਕੇ ਪੱਖੇ ਲਾਏ ਤੇ ਨੇ ਜਾ ਕੇ ਵਿੱਚ 5 ਕਿਲੋ ਅੰਬ ਰੱਖਤੇ ਉਹ ਸਵੇਰੇ ਸਾਰੇ ਪਰੌਣੇ ਰੋਣ ਤੇ ਨਾਲੇ ਅੰਬ ਚੁੱਪਣ ਉਹ ਸਾਡਾ ਅੱਬਾ ਮਰ ਗਿਆ ਕਰਾਚੀਓ ਮਹਿਮਾਨ ਆਏ ਸੀ ਉਹਨਾਂ ਅੱਗੇ ਅੰਬ ਕੱਟ ਕੇ ਰੱਖਦੇ ਕੱਟੇ ਅੰਬ ਖਾ ਕੇ ਉਰਦੂ ਚ ਅਫਸੋਸ ਕਰਨ ਓ ਮਾਈ ਗਾਡ ਸ਼ੀਜ਼ ਅੰਕਲ ਕੀ ਡੈਥ ਹੋ ਗਿਆ ਆਹ ਇਹ ਵੀ ਪਰਲੇ ਪਾਸੇ ਦੀ ਦਾਦੀ ਬੈਠੀ ਸੀ ਉਹਨੂੰ ਕਿਸੇ ਨੇ ਆਚਾਰੀ ਅੰਬ ਦੇ ਦਿੱਤਾ ਅੱਛਾ ਉਹ ਚਾਰੀ ਅੰਬ ਫੜ ਕੇ ਕਹਿ ਜਾਵਾ ਪਰ ਮੈਨੂੰ ਕਿਸੇ ਨੇ ਆਚਾਰੀ ਦੇ ਦਿੱਤਾ ਬਾਬਾ ਮਰ ਕੇ ਬਾਬਾ ਦਾ ਅੰਬ ਪਾਲਾ ਨਹੀਂ ਹੁੰਦਾ ਕਿੱਡੀ ਲੰਮੀ ਗੱਲ ਕਰ ਰਹੇ ਆ ਤੇਰੀ ਭੈਣ ਦੇ ਖਸਮਾਂ ਨੇ ਸਵੇਰੇ ਕੰਮ ਤੇ ਨਹੀਂ ਜਾਣਾ ਛੋਟੀ ਗੱਲ ਕਰੀ ਦੀ ਇਹਦੀ ਅੰਮੀ ਵੀ ਛੋਟੀ ਗੱਲ ਕਰੀ ਦੀ ਛੋਟੀ ਛੋਟੀ ਜੀ ਤੇਰੀ ਭੈਣ ਦੌੜ ਗਈ ਸਾਲਾ ਸਾਰੇ ਜਾਣਦਾ ਵੇਖ ਜ਼ਰਾ ਪਹਿਲੀ ਵਾਰੀ ਚਿੜੀਆ ਘਰ ਗਿਆ ਉੱਥੇ ਚੀਤੇ ਕੋ ਚਪੇੜ ਖਾ ਲਈ ਕਹਿੰਦਾ ਲਿਆ ਤੇਰੇ ਨੌ ਕੱਟਦੇ ਆ ਸ਼ਿਕਾਰ ਤੇਰੀ ਭੈਣ ਨਾ ਫੜ ਕੇ ਕਰੇਗਾ ਇਹੋ ਜਿਹੀਆਂ ਚੀਜ਼ਾਂ ਕਾਰ ਚ ਰੱਖੀਆਂ ਜਿੱਥੇ ਬ੍ਰੇਕ ਲੱਗਦੀ ਫਿਲਮ ਰਿਵਰਸ ਕਰਕੇ ਵੇਖ ਕੁੜੀਆਂ ਨਹੀਂ ਸੀ ਵੇਖਦਾ ਉਹ ਤੇ ਅੰਜਮਨ ਪਿੱਛੇ ਮਰਨ ਵਾਲੀ ਹੋ ਜਾਂਦੀ ਸੀ ਦੌੜਿਆ ਹੀ ਜਾਂਦਾ ਸੀ ਆਪ ਕੌਣ ਹੈ ਜੀ ਕਿੰਨੀ ਉਰਦੂ ਬੋਲਣ ਡੇ ਆ ਇਹਦੀ ਅਸਲੀ ਬੁੱਢੀ ਇਹਦੇ ਮੂੰਹ ਤੇ ਛਾਪਰ ਚੜਾ ਕੇ ਚੁੰਮੀ ਲੈਨੇ ਇਹ ਮੇਰੀ ਸਿੱਧੀ ਇਹ ਛਾਪਰ ਵੀ ਉਹ ਚਾੜਦੀ ਜਿਹੜਾ ਮੂੰਹ ਤੇ ਨਹੀਂ ਚਾੜੀਦਾ ਚਲੋ ਲੂਰੀ ਆ ਕਿੱਡੀ ਸੋਹਣੀ ਕੁੜੀ ਆ ਕੀ ਆ ਜੀ ਫੈਸ਼ਨ ਆ ਜੀ ਆ ਦੁੱਧ ਦੇ ਵਿੱਚ ਤੇ ਸੇਮੀਆਂ ਵੇਖੀਆਂ ਸੀ ਦੁੱਧ ਦੇ ਉੱਤੇ ਪਹਿਲੀ ਵਾਰੀ ਵੇਖੀਆਂ ਮਤਲਬ ਅਸੀਂ ਕੌਣ ਤੁਸੀਂ ਕੌਣ ਹੋ ਓਏ ਦੱਸੋ ਤੁਸੀਂ ਕੌਣ ਹੋ ਦੱਸੋ ਮੇਰੇ ਨਾਲ ਬੀਲੀ ਗੁਲਾਮ ਨਹੀਂ ਬੱਚਾ ਨਾ ਓਏ ਨਹੀਂ ਨਾਟੂ ਬੱਚਾ ਨਾਟੂ ਬੀਲੀ ਗੁਲਾਮ ਨਹੀਂ ਬੱਚਾ ਹਾਂਜੀ ਮੈਂ ਤੁਹਾਡੇ ਕੋਲ ਆਈ ਹਾਂ ਮੈਂ ਤਾਂ ਦੂਰ ਹੀ ਰਹਿ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਮੈਂ ਤਵੀਜ਼ ਲੈਣ ਆਈ ਹਾਂ ਓਏ ਲਾ ਤੇਰੇ ਕਾਰੋਬਾਰ ਕਿਉਂ ਨਹੀਂ ਚੱਲਣ ਡਿਆ ਹਾਏ ਮੈਂ ਮਰ ਗਈ ਓਏ ਨਾ ਯਾਰ ਓਏ ਨਾ ਉਹ ਖੂਬਸੂਰਤ ਹੈਗਾ ਕਿਉਂ ਮਦਾ ਹਾਂਜੀ ਕੀ ਕਹਿ ਰਹੇ ਹੋ ਮੈਂ ਬਾਬਾ ਜੀ ਨੂੰ ਕਹਿ ਰਿਹਾ ਉਹ ਤੇ ਬੋਲਦਾ ਹੀ ਨਹੀਂ ਚੱਲ ਰਿਹਾ ਉਹ ਤੇ ਬੋਲਦਾ ਹੀ ਇੰਜ ਜਿਵੇਂ ਨੀਂਦਰ ਜੋ ਨਾ ਜਾਰਾ ਮੰਜਾ ਡਾ ਮੈਂ ਅੱਖ ਲੈ ਨੀਂਦਰ ਕਰ ਲੈ ਰੁਦਾ ਵੇਲੇ ਅੱਬਾ ਤੇਰੇ ਜ਼ਿਹਨ ਦੇ ਵਿੱਚ ਇਹਦੇ ਨਾਲ ਬੰਦੇ ਮਾਰਦਾ ਨਹੀਂ ਮੱਝਾਂ ਥੱਲੇ ਗੋਹਾ ਪਰੇ ਕਰਦਾ ਅੱਛਾ ਬੱਚਾ ਕੀ ਰੌਣਾ ਤੇਰਾ ਕਾਰੋਬਾਰ ਨਹੀਂ ਚੱਲਦਾ ਜੀ ਤੇਰਾ ਕਾਰੋਬਾਰ ਚੱਲ ਵੀ ਨਹੀਂ ਸਕਦਾ ਕਿਉਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਬੀਰਾ ਗਨਾਹ ਆ ਨਹੀਂ ਕਾਰੋਬਾਰ ਤੁਸੀਂ ਕਾਰੋਬਾਰ ਕਿੰਨਾ ਕੁ ਚਲਾਉਣਾ ਵਾ ਸਾਰਾ ਚਲਾਉਣਾ ਵਾ ਕਿ ਥੋੜਾ ਚਲਾਉਣਾ ਵਾ ਕਿੰਨਾ ਕੁ ਚਲਾ ਕੇ ਆਏ ਹੋ ਓਏ ਬੱਚੇ ਖੋਲ
ਮੈਨੂੰ ਖੁੱਲ ਕੇ ਦੱਸ ਕਿੱਡਾ ਕਾਰੋਬਾਰ ਚੱਲਣਾ ਚਾਹੀਦਾ ਵਾ। ਹੁਣ ਤੂੰ ਕੀ ਚਾਹੁੰਦੀ, ਤੂੰ ਹੁਣ ਕਿੰਨਾ ਕੁ ਕਾਰੋਬਾਰ ਚਲਾਉਣੀ, ਤੇਰਾ ਮਤਲਬ ਆ ਵੀ ਹੁਣ ਘੀਸੀ ਲਾਵੇਂ ਤੇ ਮਿੱਟੀ ਦਾ ਗੱਡਾ ਅੰਦਰ ਚਲੇ ਜਾਵੇ। मौला जट बड़ा कॉन्फिडेंस ना, कुत्ती अपने बच्चे नूं दुध पिलाउण डई आ। अच्छा, कोल खलो के मुतमिन होके कहिंदा इन दुध पिला के ना, मेरी गल सुन जरा। मेरा नाम है सुंदर। अखां बंद करके देखो, लगता तुहाडा ज़मीर बोल रहा सुंदर। ओ तेरा दिना व्याह करा दिया। की तेरा व्याह करा दिया बच्चा दिना। मैं नहीं दिना कराउणा, इहदा मेरे तो भी वड्डा मोबाइल आ। तेरे नाल नहीं पढ़ाया नहीं कभी कुछ। ओ चल ठीक आ, तुसी मैं तेरे हाथ कभी पढ़ाया सी। ओए मैं मर गई नहीं कहण दई। जे जल्दी मरना तो फिर इधरों। हाँ जी ओके। अपनी बेगम को चंडा खा के बाहर अनजान बंदे को फड़ के सिगरेट पी लैंदा, सिगरेट फड़ाई जा पता। अच्छा, ये गुआंढ़िया ने कुर्बानी दी है साले नूं, क्या आके गोश्त लै जा। अच्छा, छत ते पाउण वाला वड्डा छापर लै गया, वह भी अगो शेख उन्होंने छापर नूं अग ला के इन्ना कर गया दो बोटियां रख। हाँ बच्चा इधर आओ, फटो तवीज़ तुहाडी फिल्म हिट हो जाएगी। ओ ठीक है, तवीज़ फिल्म दे विच ते